ਦੋਸਤੋ, ਇਹ ਘਰ ਹੈ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਦਾ। ਇਸ ਥਾਂ ਤੇ ਗੁਰੂ ਅਰਜਨ ਦੇਵ ਜੀ ਰਹਿੰਦੇ ਹੁੰਦੇ ਸੀ। ਅੱਜ ਜਿਹੜੇ ਘਰ ਦਾ ਆਪਾਂ ਦਰਵਾਜ਼ਾ ਖੋਲਿਆ, ਇਹ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਦਾ ਅਸਲੀ ਘਰ ਆ, ਜਿੱਥੇ ਉਹ ਰਹਿੰਦੇ ਹੁੰਦੇ ਸੀ। ਇਸ ਥਾਂ ਤੇ ਇੱਕ ਖੂਹ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਪਾਣੀ ਪੀਂਦੇ ਹੁੰਦੇ ਸੀ। ਇਸ ਜਗ੍ਹਾ ਦਾ ਜਿਹੜਾ ਵਿਹੜਾ, ਇਸ ਜਗ੍ਹਾ ਦਾ ਜਿਹੜੇ ਕਮਰੇ ਨੇ, ਉੱਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਖੇਡਦੇ ਹੁੰਦੇ ਸੀਗੇ। ਅੱਜ ਵੀ ਉਸੇ ਤਰ੍ਹਾਂ ਜਿਹੜਾ ਇਹ ਘਰ ਮੌਜੂਦ ਹੈ। ਆ ਦੇਖੋ ਤੁਸੀਂ, ਮਸੂਰੀ ਇੱਟਾਂ ਜਿਹੜੀਆਂ ਉਸ ਟਾਈਮ ਦੀਆਂ ਲੱਗੀਆਂ ਹੋਈਆਂ ਨੇ ਤੇ ਅੱਜ ਵੀ ਉਸੇ ਤਰ੍ਹਾਂ ਜਿਹੜੀਆਂ ਮੌਜੂਦ ਨੇ। ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸੀ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਤੁਸੀਂ ਜਾਣਦੇ ਹੋਵੋਗੇ, ਹੈ ਨਾ। 33 ਤਵੀ ਤੇ ਬੈਠ ਕੇ ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਜਿਹੜੀ ਸ਼ਹੀਦੀ ਦਿੱਤੀ ਸੀ, ਆਹ ਜਿਹੜੇ ਤੁਸੀਂ ਡਿਜ਼ਾਈਨ ਵੇਖ ਰਹੇ ਹੋ, ਇਹ ਉਸ ਵੇਲੇ ਬਣਾਏ ਸੀ। ਅੱਜ ਤੋਂ 500-600 ਸਾਲ ਪਹਿਲਾਂ ਦੀ ਗੱਲ ਕਰੀਏ ਤੇ ਅੱਜ ਵੀ ਉਸੇ ਤਰ੍ਹਾਂ ਜਿਹੜੇ ਤਖਤੇ ਨੇ ਉਹ ਮੌਜੂਦ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਪਾਂ ਪਹੁੰਚਿਆ ਗੁਰੂਆਂ ਦੀ ਧਰਤੀ ਚੋਲਾ ਸਾਹਿਬ। ਗੁਰੂ ਅਰਜਨ ਦੇਵ ਜੀ ਦਾ ਇਹ ਘਰ ਹੈ ਜਿਹੜਾ ਤੁਸੀਂ ਘਰ ਵੇਖ ਰਹੇ ਹੋ। ਅੱਜ ਤੋਂ ਤਕਰੀਬਨ 400-500 ਸਾਲ ਪਹਿਲਾਂ ਜਿਹੜਾ ਇਹ ਘਰ ਪਿਆ ਸੀਗਾ, ਅੱਜ ਵੀ ਤੁਸੀਂ ਵੇਖ ਲਓ ਜਿਹੜਾ ਘਰ ਉਸੇ ਤਰ੍ਹਾਂ ਮੌਜੂਦ ਹੈ। ਹਾਂ ਕਿ ਜਿਹੜੀ ਟੁੱਟ ਫੁੱਟ ਹੋ ਚੁੱਕੀ ਆ, ਪਰ ਜੇ ਆਪਾਂ ਵੇਖੀਏ ਅੱਜ ਵੀ ਜਿਹੜੀਆਂ ਮਸੂਰੀ ਇੱਟਾਂ ਉਸ ਟਾਈਮ ਦੀਆਂ, ਜਿਹੜਾ ਡਿਜ਼ਾਈਨ ਬਣਾਇਆ ਹੋਇਆ ਸੀ, ਆਹ ਦੇਖੋ ਉਸ ਵੇਲੇ ਇਹ ਡਿਜ਼ਾਈਨ ਬਣਾਇਆ ਹੋਇਆ ਸੀ, ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈਗਾ। ਅਤੇ ਆਪਾਂ ਜੋੜੀਆਂ ਦੀ ਗੱਲ ਕਰੀਏ, ਹੈ ਨਾ, ਤਾਂ ਆਹ ਵੇਖੋ ਜਿਹੜੇ ਉਸ ਵੇਲੇ ਤਖਤੇ ਲੱਗੇ ਹੋਏ ਸੀਗੇ, ਆ ਜਿਹੜੇ ਤਖਤੇ ਲੱਗੇ ਹੋਏ ਸੀ ਹਾਲੇ ਵੀ ਉਸੇ ਤਰ੍ਹਾਂ ਮਜ਼ਬੂਤ ਨੇਗੇ। ਅਤੇ ਉਸ ਟਾਈਮਾਂ ਵਿੱਚ ਜਿੰਦਿਆਂ ਦੀ ਗੱਲ ਕਰੀਏ, ਆਹ ਜਿੰਦੇ ਹੁੰਦੇ ਸੀ, ਆਪਾਂ ਵੇਖਿਆ ਹੋਣਾ ਨਾ ਅਕਸਰ ਵੀ ਪੁਰਾਣੇ ਘਰਾਂ ਨੂੰ ਜਿਹੜਾ ਉੱਪਰ ਨੂੰ ਜਿੰਦਾ ਲੱਗਦਾ ਹੁੰਦਾ ਸੀ, ਆਹ ਜਿਹੜਾ ਜਿੰਦਾ ਹੈਗਾ ਇਹ ਉਸ ਟਾਈਮ ਦਾ ਹੈਗਾ। ਅਤੇ ਇੱਧਰੋਂ ਜਿਹੜਾ ਗੁਰੂ ਜੀ ਦੇ ਘਰਾਂ ਨੂੰ ਜਿਹੜੀਆਂ ਪੌੜੀਆਂ ਉੱਪਰ ਚੜ੍ਹਦੀਆਂ ਸੀ ਚਵਾਰੇ ਵੱਲ ਨੂੰ, ਪਰ ਜਿਹੜਾ ਚਵਾਰਾ ਆਪਾਂ ਕਹਿ ਦਈਏ ਉਹ ਡਿੱਗ ਚੁੱਕਿਆ ਹੈਗਾ, ਹੈ ਨਾ, ਵੀ ਉਸ ਤਰ੍ਹਾਂ ਜਿਹੜਾ ਘਰ ਹੈ ਆਪਾਂ ਕਹਿ ਦਈਏ ਵੀ ਸਾਂਭ ਸੰਭਾਲ ਇਸ ਘਰ ਦੀ ਬਿਲਕੁਲ ਵੀ ਨਹੀਂ ਹੋਈ। ਅਤੇ ਕਮਰਿਆਂ ਦੀ ਗੱਲ ਕਰੀਏ, ਆਹ ਕਮਰੇ ਦੇਖ ਲਓ ਤੁਸੀਂ, ਇਹ ਨੇ ਜੀ ਘਰ ਦੇ ਕਮਰੇ। ਅਤੇ ਇੱਧਰ ਬਾਲਿਆਂ ਦੀਆਂ ਆਪਾਂ ਛੱਤਾਂ ਦਿਖਾਈਏ, ਅਤੇ ਇੱਧਰ ਦਿਖਾਇਓ ਬਾਈ ਮਾੜਾ ਜਿਹਾ, ਛੱਤਾਂ ਦੇਖ ਲਓ, ਇਹ ਬਿਲਕੁਲ ਜਿਹੜਾ ਡਿੱਗਿਆ ਪਿਆ ਹੈਗਾ। ਅਤੇ ਇਸ ਤਰੀਕੇ ਨਾਲ ਜਿਹੜੇ ਮੋਟੇ ਬਾਲੇ ਪਾਏ ਹੁੰਦੇ ਸੀ, ਇਸ ਤਰੀਕੇ ਨਾਲ ਜਿਹੜੇ ਉਦੋਂ ਘਰ ਬਣੇ ਹੁੰਦੇ ਸੀਗੇ। ਅਤੇ ਇੱਧਰਲੇ ਪਾਸੇ ਆਪਾਂ ਗੱਲ ਕਰੀਏ, ਛੋਟੇ ਤਹਿਖਾਨੇ ਜਿਹੜੇ ਰੱਖੇ ਹੋਏ ਨੇਗੇ। ਤਾਂ ਦੋਸਤੋ, ਚੋਲਾ ਸਾਹਿਬ ਜਿਹੜਾ ਗੁਰੂ ਅਰਜਨ ਦੇਵ ਜੀ ਦਾ ਘਰ ਹੈ, ਇਹ ਬਣਿਆ ਹੋਇਆ, ਤੁਸੀਂ ਬਹੁਤ ਘੱਟ ਜਿਹੜੀ ਸੋਸ਼ਲ ਮੀਡੀਆ 'ਤੇ ਵੀਡੀਓ ਦੇਖੀ ਹੋਣੀ, ਪਰ ਜਿਹੜਾ ਆਪਾਂ ਸਾਰਾ ਤੁਹਾਨੂੰ ਦਿਖਾਏਗਾ ਘਰ। ਦੋਸਤੋ, ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਗੁਰੂ ਅਰਜਨ ਦੇਵ ਜੀ ਦੇ ਘਰ ਦੀ, ਕਿਉਂਕਿ ਦੋਸਤੋ ਜਿਹੜੀ ਹਾਲਤ ਹੈ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਆ। ਆਹ ਤੁਸੀਂ ਦਰਵਾਜ਼ੇ ਵੇਖ ਲਓ, ਇੱਟਾਂ ਵੇਖ ਲਓ, ਕੰਧਾਂ ਦੇਖ ਲਓ, ਸਾਰਾ ਕੁਝ ਹੈ ਜਿਹੜਾ ਉਹ ਡਿੱਗਿਆ ਪਿਆ, ਅਤੇ ਹਾਲਤ ਜਿਹੜੀ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ। ਗੁਰੂ ਜੀ ਦਾ ਘਰ ਹੋਵੇ ਅਤੇ ਹਾਲਤ ਜਿਹੜੀ ਇੰਨੀ ਖਰਾਬ ਹੋਵੇ, ਪੰਜਾਬ ਦੇ ਗੁਰੂ ਨੇ ਅਤੇ ਪੰਜਾਬ ਦੇ ਵਿੱਚ ਜਿਹੜਾ ਘਰ ਹੈ ਗੁਰੂਆਂ ਦਾ, ਅਤੇ ਆਪਾਂ ਕਹਿ ਦਈਏ ਵੀ ਕਿਤੇ ਬਾਹਰ ਹੋਵੇ ਸਾਂਭ ਸੰਭਾਲ ਨਹੀਂ ਹੋਈ, ਚਲੋ ਕੋਈ ਗੱਲ ਨਹੀਂ, ਪਰ ਜਿਹੜੀ ਪੰਜਾਬ ਦੇ ਵਿੱਚ ਰਹਿ ਕੇ ਵੀ ਇਸ ਘਰ ਦੀ ਸਾਂਭ ਸੰਭਾਲ ਨਹੀਂ ਹੋਈ ਤਾਂ ਬਹੁਤ ਜ਼ਿਆਦਾ ਜਿਹੜੀ ਗਲਤ ਗੱਲ ਹੈ। ਤਾਂ ਦੋਸਤੋ, ਇਸ ਵਿਹੜੇ ਵਿੱਚ ਗੁਰੂ ਅਰਜਨ ਦੇਵ ਜੀ ਰਹਿੰਦੇ ਸੀ, ਇਹਨਾਂ ਕਮਰਿਆਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਖੇਡਦੇ ਹੁੰਦੇ ਸੀ, ਇੱਥੇ ਖੂਹ ਹੈ, ਜਿਹੜੇ ਖੂਹ ਦੇ ਵਿੱਚ ਉਹ ਜਿਹੜਾ ਪਾਣੀ ਪੀਂਦੇ ਸੀ, ਖੂਹ ਦਾ ਬਾਲੇ ਦੇਖ ਲਓ ਤੁਸੀਂ, ਇਹਨਾਂ ਕੰਧਾਂ ਦੇਖ ਲਓ, ਸਾਰਾ ਕੁਝ ਡਿੱਗਿਆ ਪਿਆ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਕਹਿ ਦਈਏ ਵੀ ਜਿਹੜਾ ਇਹ ਘਰ ਦੀ ਇੰਨੀ ਸਾਂਭ ਸੰਭਾਲ ਨਹੀਂ ਹੋਈ, ਵੀ ਜਿਹੜਾ ਇਹ ਘਰ ਵਧੀਆ ਰਹਿ ਸਕੇ। ਤਾਂ ਦੋਸਤੋ, ਵੱਧ ਤੋਂ ਵੱਧ ਤੁਸੀਂ ਵੀਡੀਓ ਸ਼ੇਅਰ ਜ਼ਰੂਰ ਕਰਿਓ, ਅਤੇ ਆ ਜਾਓ ਦੂਜੇ ਪਾਸਿਓ ਵੀ ਜਿਹੜਾ ਤੁਹਾਨੂੰ ਘਰ ਦਿਖਾਉਣਾ, ਜੋੜੀਆਂ ਦੇਖੋ। ਤਾਂ ਇਸ ਤਰੀਕੇ ਨਾਲ ਪਹਿਲਾਂ ਜਿਹੜੀਆਂ ਜੋੜੀਆਂ ਬਣਦੀਆਂ ਹੁੰਦੀਆਂ ਸੀ, ਕੰਧਾਂ ਦੀ ਗੱਲ ਕਰੀ ਤਾਂ ਮਸੂਰੀ ਇੱਟਾਂ ਦੇ ਨਾਲ ਜਿਹੜੀਆਂ ਕੰਧਾਂ ਕੱਢੀਆਂ ਹੋਈਆਂ ਸੀ। ਆਹ ਵੇਖੋ ਦਰਵਾਜ਼ੇ, ਉਸ ਟਾਈਮ ਦੀ ਜਿਹੜੀ ਲੱਕੜ ਲੱਗੀ ਹੋਈ ਹੈਗੀ
ਉਹ ਅੱਜ ਵੀ ਉਸੇ ਤਰ੍ਹਾਂ ਜਿਹੜੀ ਮੌਜੂਦ ਹੈ ਤੇ ਪੂਰੀ ਮਜ਼ਬੂਤ ਵੀ ਆ। ਅੰਦਰ ਹਨੇਰਾ ਬਹੁਤ ਜ਼ਿਆਦਾ, ਕੁਛ ਪਤਾ ਨਹੀਂ ਲੱਗ ਰਿਹਾ, ਤੇ ਚਲੋ ਆਪਾਂ ਥੋੜੀ ਜਿਹੀ ਬਾਹਰ ਦੀ ਦਿਖਾਉਂਦੇ ਆ ਤੁਹਾਨੂੰ। ਤੇ ਆਹ ਦੇਖੋ ਇੱਕ ਕਾਫੀ ਵੱਡਾ ਘਰ, ਕਹਿੰਦੀ ਬਹੁਤ ਜ਼ਿਆਦਾ ਵੱਡਾ, ਗੁਰੂ ਅਰਜਨ ਦੇਵ ਜੀ ਦਾ ਘਰ ਸੀ ਜਿਹੜਾ, ਤੇ ਪੰਜਵੇਂ ਗੁਰੂ ਸਿੱਖਾਂ ਦੇ ਸਭ ਤੋਂ ਪਹਿਲਾਂ ਸ਼ਹੀਦੀ ਗੁਰੂਆਂ ਦੇ ਵਿੱਚੋਂ ਗੁਰੂ ਅਰਜਨ ਦੇਵ ਜੀ ਨੇ ਦਿੱਤੀ ਸੀ। ਤਾਂ ਦੋਸਤੋ ਇਸ ਤਰੀਕੇ ਨਾਲ ਜਿਹੜੇ ਘਰ ਦੀ ਆਪਾਂ ਕਹਿ ਦਈਏ ਮੁਰੰਮਤ ਵੀ ਹੋਣੀ ਚਾਹੀਦੀ ਹੈ, ਵੀ ਘੱਟੋ ਘੱਟ ਉਸ ਤਰੀਕੇ ਨਾਲ ਤਾਂ ਲੱਗੇ ਇਹ ਘਰ ਵੀ ਜਦੋਂ ਗੁਰੂ ਜੀ ਦੇ ਟਾਈਮ ਵੇਲੇ ਹੁੰਦਾ ਸੀਗਾ। ਤਾਂ ਦੇਖੋ ਜਿਹੜੀਆਂ ਬਾਲਕੋਨੀਆਂ ਲਾ ਲਓ, ਹੈ ਨਾ, ਜੋ ਵਿੰਡੋਆਂ ਬਣਾਈਆਂ ਹੋਈਆਂ ਸੀ ਉਹ ਸਾਰੀਆਂ ਟੁੱਟ ਚੁੱਕੀਆਂ ਨੇ ਪੂਰੀ ਤਰ੍ਹਾਂ, ਜਿਹੜੀਆਂ ਇੱਟਾਂ ਨੇ ਉਹ ਝੜ ਚੁੱਕੀਆਂ ਨੇ। ਜੇ ਇਸ ਘਰ ਦੀ ਥੋੜ੍ਹੀ ਜਿਹੀ ਸਾਂਭ ਸੰਭਾਲ ਹੋਵੇ, ਮੈਨੂੰ ਲੱਗਦਾ ਇਹ ਘਰ ਬਹੁਤ ਜ਼ਿਆਦਾ ਵਧੀਆ ਹੋ ਜੇ, ਕਿਉਂਕਿ ਦੋਸਤੋ ਇਹ ਸਿੱਖਾਂ ਦੀ ਵਿਰਾਸਤ ਹੈ, ਸਾਡੇ ਗੁਰੂਆਂ ਦੀ ਜਿਹੜੀ ਵਿਰਾਸਤ ਹੈ। ਦੋਸਤੋ ਗੁਰੂਆਂ ਨੇ ਸਾਡੇ ਲਈ ਬਹੁਤ ਕੁਝ ਕੀਤਾ, ਧਰਮ ਨੂੰ ਬਚਾਉਣ ਲਈ ਕਹਿ ਦਈਏ, ਹੈ ਨਾ, ਸਾਡੇ ਲੋਕਾਂ ਲਈ, ਤਾਂ ਸਾਡਾ ਇੰਨਾ ਕੁ ਤਾਂ ਫਰਜ਼ ਬਣਦਾ ਵੀ ਜਿਹੜਾ ਆਪਾਂ ਉਹਨਾਂ ਦਾ ਘਰ ਹੈ ਉਹਨਾਂ ਨੂੰ ਪੂਰੀ ਤਰ੍ਹਾਂ ਸਾਂਭ ਸੰਭਾਲ ਕਰ ਸਕੀਏ। ਤਾਂ ਦੋਸਤੋ ਇਹ ਜਿਹੜੀਆਂ ਪੌੜੀਆਂ ਚੜ੍ਹਦੇ ਨੇ ਉੱਪਰ ਵੱਲ ਨੂੰ, ਤੁਸੀਂ ਵੇਖ ਲਓ ਵੀ ਇਸ ਤਰੀਕੇ ਨਾਲ ਜਦੋਂ ਉਦੋਂ ਪੌੜੀਆਂ ਹੁੰਦੀਆਂ ਸੀ ਤਾਂ ਉੱਪਰ ਵੱਲ ਨੂੰ ਜਿਹੜੀਆਂ ਪੌੜੀਆਂ ਚੜ੍ਹਦੀਆਂ ਨੇ, ਤੇ ਆਹ ਜਿਹੜਾ ਉੱਪਰ ਕਮਰੇ ਤੁਹਾਨੂੰ ਮੈਂ ਦਿਖਾ ਰਿਹਾ ਗਾ, ਤੇ ਇਸ ਤਰੀਕੇ ਨਾਲ ਉਦੋਂ ਜਿੰਦੇ ਹੁੰਦੇ ਸੀ, ਆਹ ਜਿੰਦੇ ਵੇਖ ਲਓ ਜੀ ਤੁਸੀਂ, ਇਸ ਤਰੀਕੇ ਨਾਲ ਉਦੋਂ ਜਿੰਦੇ ਹੁੰਦੇ ਸੀ, ਅੱਜ ਵੀ ਉਸ ਟਾਈਮ ਦੇ ਜਿੰਦੇ ਨੇ ਜਿਹੜੇ ਉਹ ਮੌਜੂਦ ਨੇ। ਘਰ ਜਿਹੜਾ ਬਹੁਤ ਖਰਾਬ ਹੋ ਚੁੱਕਿਆ, ਤਾਂ ਬੇਨਤੀ ਜ਼ਰੂਰ ਆ ਵੀ ਜੇ ਕੋਈ ਘਰ ਨੂੰ ਵਧੀਆ ਬਣਾ ਸਕਦਾ ਤਾਂ ਬਹੁਤ ਵਧੀਆ ਗੱਲ ਆ, ਘੱਟੋ ਘੱਟ ਉਸ ਤਰੀਕੇ ਨਾਲ ਇਹ ਘਰ ਜ਼ਰੂਰ ਬਣ ਜੇ ਜਿਹੋ ਜਿਹਾ ਗੁਰੂ ਜੀ ਦੇ ਟਾਈਮ 'ਤੇ ਹੁੰਦਾ ਸੀਗਾ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਦੇ ਛੇਵੇਂ ਗੁਰੂ ਸ਼੍ਰੀ ਹਰਗੋਬਿੰਦ ਸਾਹਿਬ ਜੀ ਇਸ ਥਾਂ 'ਤੇ ਆਪਾਂ ਕਹਿ ਦਈਏ ਨਾ ਖੇਡੇ ਪਲੇ, ਅਤੇ ਇਹਨਾਂ ਕਮਰਿਆਂ ਦੇ ਵਿੱਚ ਰਹੇ, ਅਤੇ ਉਸ ਤੋਂ ਬਾਅਦ ਦੋਸਤੋ ਜਿਹੜਾ ਇਹ ਘਰ ਹੈ ਬਿਲਕੁਲ ਇਸੇ ਤਰ੍ਹਾਂ ਰਹਿ ਗਿਆ ਅਤੇ ਖੰਡਰ ਬਣ ਗਿਆ। ਉਸ ਤੋਂ ਬਾਅਦ ਜਿਹੜੀ ਘਰ ਦੀ ਆਪਾਂ ਕਹਿ ਦਈਏ ਵੀ ਸਾਂਭ ਸੰਭਾਲ ਬਿਲਕੁਲ ਵੀ ਨਹੀਂ ਹੋਈ, ਛੱਤਾਂ ਵੀ ਡਿੱਗ ਚੁੱਕੀਆਂ ਨੇ, ਜਿਹੜੀਆਂ ਬਾਰੀਆਂ ਖਿੜਕੀਆਂ ਸਭ ਟੁੱਟ ਚੁੱਕੀਆਂ, ਅਤੇ ਆਹ ਦੇਖੋ ਉਸ ਵੇਲੇ ਦੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਹਾਲੇ ਵੀ ਇਸ ਥਾਂ 'ਤੇ ਜਿਹੜੀਆਂ ਮੌਜੂਦ ਨੇਗੀਆਂ। ਤਾਂ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ, ਵਧੀਆ ਲੱਗੀ ਤਾਂ। ਮੇਰਾ ਨਾਮ ਤਾਨਿਆ ਹੈ, ਮੇਰਾ ਔਰ ਮੇਰੇ ਬੁਆਏਫ੍ਰੈਂਡ ਕਾ ਕਾਫੀ ਲੰਬੇ ਸਮੇਂ ਸੇ ਰਿਲੇਸ਼ਨਸ਼ਿਪ ਚੱਲ ਰਿਹਾ ਥਾ, ਪਰ ਕੁਛ ਮਹੀਨੋਂ ਸੇ ਉਸਕੀ ਲਾਈਫ ਮੇਂ ਲੜਕੀ ਆ ਗਈ ਥੀ ਔਰ ਉਸਨੇ ਉਸਕੇ ਉੱਪਰ ਵਸੀਕਰਨ ਕਰਾ ਦਿਆ ਥਾ, ਜਿਸਕੇ ਚੱਕਰ ਸੇ ਹਮ ਦੋਨੋਂ ਕੇ ਬੀਚ ਮੇਂ ਬਹੁਤ ਲੜਾਈਆਂ ਹੋਣੇ ਲੱਗ ਗਈ ਥੀ। ਵੋ ਮੁਝਸੇ ਸਹੀ ਸੇ ਬਾਤ ਤੱਕ ਨਹੀਂ ਕਰਤਾ ਥਾ।